ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ 'ਚ। ਅੱਜ ਬਣਾਉਣ ਲੱਗੇ ਹਾਂ ਗੁੜ ਵਾਲੇ ਮਖਾਣੇ। ਬਹੁਤ ਆਸਾਨ ਅਤੇ ਸੌਖੇ ਜਿਹੇ ਤਰੀਕੇ ਨਾਲ ਤੁਸੀਂ ਇੱਕ ਵਾਰੀ ਇਹ ਰੈਸਪੀ ਜ਼ਰੂਰ ਟਰਾਈ ਕਰਨਾ। ਇਹ ਬਿਲਕੁਲ ਮਿੰਟੋ ਮਿੰਟੀ ਝਟਪਟ ਤਿਆਰ ਹੋਣ ਵਾਲੀ ਰੈਸਪੀ ਹੈ। ਇਹਦੇ ਲਈ ਆਪਾਂ ਮਖਾਣੇ ਲੈਣੇ, ਘਿਓ ਲਿਆ, ਨਾਰੀਅਲ ਦਾ ਬਰਾਦਾ ਲਿਆ ਅਤੇ ਥੋੜ੍ਹਾ ਜਿਹਾ ਆਪਾਂ ਮਿੱਠਾ ਸੋਡਾ ਪਾਵਾਂਗੇ ਅਤੇ ਆਪਾਂ ਗੁੜ ਲਿਆ ਕੱਦੂਕੱਚ ਕਰਕੇ। ਤੁਸੀਂ ਸਾਬਤ ਗੁੜ ਵੀ ਲੈ ਸਕਦੇ ਹੋ, ਪਰ ਆਪਾਂ ਕੱਦੂਕੱਚ ਕਰਨ ਲੱਗੇ ਹਾਂ ਕਿਉਂਕਿ ਇਹਦੇ ਨਾਲ ਛੇਤੀ ਮੈਲਟ ਹੋ ਜਾਏਗਾ। ਤੁਸੀਂ ਚਾਹੇ ਤਾਂ ਡਾਇਰੈਕਟ ਕੁੱਟ ਕੇ ਵੀ ਇਹਨੂੰ ਪਾ ਸਕਦੇ ਹੋ। ਹੁਣ ਇੱਕ ਕੜਾਹੀ ਦੇ ਵਿੱਚ ਆਪਾਂ ਥੋੜ੍ਹਾ ਜਿਹਾ ਘਿਓ ਲਿਆ ਹੈ ਅਤੇ ਉਹਦੇ ਵਿੱਚ ਮਖਾਣੇ ਜਿਹੜੇ ਆਪਾਂ ਰੋਸਟ ਕਰਾਂਗੇ। ਮਖਾਣੇ ਆਪਾਂ ਨੂੰ ਜ਼ਰੂਰ ਖਾਣੇ ਚਾਹੀਦੇ ਹਨ, ਖਾਸ ਤੌਰ 'ਤੇ ਲੇਡੀਜ਼ ਵਾਸਤੇ ਬਹੁਤ ਜ਼ਰੂਰੀ ਹਨ ਕਿਉਂਕਿ ਕੈਲਸ਼ੀਅਮ ਦੀ ਕਮੀ ਜਿਹੜੀ ਲੇਡੀਜ਼ ਵਿੱਚ ਆਮ ਤੌਰ 'ਤੇ ਹੁੰਦੀ ਰਹਿੰਦੀ ਹੈ ਅਤੇ ਉਹਨਾਂ ਲਈ ਇਹ ਬਹੁਤ ਫਾਇਦੇਮੰਦ ਹਨ। ਬੱਚਿਆਂ ਲਈ ਵੀ ਬਹੁਤ ਜ਼ਰੂਰੀ ਹਨ। ਆਹ ਦੇਖੋ, ਇਹ 4-5 ਮਿੰਟ ਵਿੱਚ ਵਧੀਆ ਰੋਸਟ ਹੋ ਜਾਣਗੇ। ਪਹਿਲਾਂ ਫੁੱਲੇ ਸੀਗੇ, ਜਿੱਦਾਂ ਜਿੱਦਾਂ ਰੋਸਟ ਹੋਈ ਜਾਣਗੇ ਤਾਂ ਥੋੜ੍ਹਾ ਸਾਈਜ਼ ਹੈ ਜਿਹੜਾ ਇਹਨਾਂ ਦਾ ਛੋਟਾ ਹੁੰਦਾ ਜਾਏਗਾ। ਤੁਸੀਂ ਹੱਥ ਨਾਲ ਭੰਨ ਕੇ ਵੀ ਦੇਖ ਸਕਦੇ ਹੋ, ਆਸਾਨੀ ਨਾਲ ਇਹ ਟੁੱਟਣ ਲੱਗ ਜਾਣਗੇ। ਇਹਨਾਂ ਨੂੰ ਆਪਾਂ ਜ਼ਿਆਦਾ ਕਾਲਾ ਜਿਹਾ ਨਹੀਂ ਕਰਨਾ, ਕਲਰ ਚੇਂਜ ਹੋਣ ਤੱਕ ਆਪਾਂ ਭੁੰਨਣਾ ਹੈ ਅਤੇ ਸਾਈਜ਼ ਵੀ ਇਹਨਾਂ ਦਾ ਛੋਟਾ ਹੋ ਰਿਹਾ। ਦੇਖੋ, ਆ ਵੀ ਇਹ ਮਖਾਣੇ ਆਪਣੇ ਰੋਸਟ ਹੋ ਗਏ ਨੇ। ਇਹਨਾਂ ਨੂੰ ਆਪਾਂ ਅਲੱਗ ਕਰ ਲਵਾਂਗੇ ਅਤੇ ਥੋੜ੍ਹੀ ਦੇਰ ਲਈ ਇਹਨਾਂ ਨੂੰ ਠੰਡਾ ਹੋਣ ਦੇਵਾਂਗੇ ਤਾਂ ਜੋ ਇਹਨਾਂ ਦੀ ਨਮੀ ਜਿਹੜੀ ਉਹ ਵੀ ਬਿਲਕੁਲ ਖਤਮ ਹੋ ਜਾਵੇ। ਹੁਣ ਕੜਾਹੀ ਦੇ ਵਿੱਚ ਆਪਾਂ ਥੋੜ੍ਹਾ ਜਿਹਾ ਪਾਣੀ ਲਿਆ ਹੈ, ਪਾਣੀ ਨੂੰ ਗਰਮ ਕਰ ਲਿਆ ਹੈ। ਇਹਦੇ ਨਾਲ ਜਿਹੜਾ ਗੁੜ ਆਪਾਂ ਮੈਲਟ ਕਰਨਾ ਹੈ ਅਤੇ ਉਹ ਆਪਣਾ ਕੜਾਹੀ ਨਾਲ ਚਿਪਕੇਗਾ ਨਹੀਂ। ਤੁਸੀਂ ਇਹਦੇ ਵਿੱਚ ਖੰਡ ਨਹੀਂ ਵਰਤਣੀ ਕਿਉਂਕਿ ਆਪਾਂ ਇਹ ਗੁੜ 'ਚ ਬਣਾਉਣ ਲੱਗੇ ਹੈ, ਕਿਉਂਕਿ ਗੁੜ ਦੇ ਵਿੱਚ ਵੀ ਕੈਲਸ਼ੀਅਮ ਹੁੰਦਾ ਹੈ ਅਤੇ ਮਖਾਣੇ ਵਿੱਚ ਵੀ। ਇਹ ਆਪਣੇ ਸਰੀਰ ਦੇ ਲਈ ਵੀ ਕਾਫੀ ਫਾਇਦੇਮੰਦ ਹੁੰਦਾ ਹੈ। ਜੇਕਰ ਕਿਸੇ ਦੇ ਹੱਡੀਆਂ ਜੋੜਾਂ 'ਚ ਕਿੜਕਿੜ ਹੁੰਦੀ ਹੈ ਜਾਂ ਕਿਸੇ ਦੀ ਬੈਕ ਪੇਨ ਹੁੰਦੀ ਹੈ ਤਾਂ ਉਹਦੇ ਲਈ ਵੀ ਇਹ ਕਾਫੀ ਫਾਇਦੇ ਕਰਦੇ ਹਨ। ਆ ਦੇਖੋ, ਗੁੜ ਵੀ ਆਪਣਾ ਮੈਲਟ ਹੋ ਗਿਆ। ਕੱਦੂਕੱਚ ਕੀਤਾ ਸੀ ਇਸ ਲਈ ਜਲਦੀ ਮੈਲਟ ਹੋ ਗਿਆ। ਤੁਸੀਂ ਚਾਹੇ ਤਾਂ ਕੁੱਟ ਕੇ ਵੀ ਇਹਨੂੰ ਚੰਗੀ ਤਰ੍ਹਾਂ ਮੈਲਟ ਕਰ ਸਕਦੇ ਹੋ। ਇਹਨੂੰ ਚੰਗੀ ਤਰ੍ਹਾਂ ਝੱਗ ਜੀ ਬਣੇਗੀ ਜਿੱਦਾਂ ਜਿੱਦਾਂ ਪੱਕੀ ਜਾਏਗਾ ਇਹ। ਇਹ ਜ਼ਿਆਦਾ ਆਪਾਂ ਨਹੀਂ ਪਕਾਉਣਾ, ਉਹਦੇ ਨਾਲ ਫਿਰ ਸਵਾਦ ਹੈ ਜਿਹੜਾ ਇਹਦਾ ਕਸੈਲਾ ਜਿਹਾ ਹੋ ਜਾਏਗਾ। ਇਹਦੇ ਵਿੱਚ ਥੋੜ੍ਹਾ ਜਿਹਾ ਆਪਾਂ ਮਿੱਠਾ ਸੋਡਾ ਪਾਵਾਂਗੇ। ਇਹਦੇ ਨਾਲ ਇਹਦੇ ਵਿੱਚ ਚੰਗੀ ਤਰ੍ਹਾਂ ਜਿਹੜੀ ਫਲਾਵਟ ਆ ਜਾਏਗੀ ਅਤੇ ਆਪਣੇ ਜਿਹੜੇ ਮਖਾਣਿਆਂ ਦੇ ਉੱਪਰ ਚੰਗੀ ਤਰ੍ਹਾਂ ਇਹਨਾਂ ਦੀ ਕੋਟਿੰਗ ਹੋ ਜਾਏਗੀ। ਗੁੜ ਤੁਸੀਂ ਆਪਣੇ ਹਿਸਾਬ ਨਾਲ ਘੱਟ ਵੱਧ ਲੈ ਸਕਦੇ ਹੋ, ਜਿੰਨਾ ਕੁ ਤੁਸੀਂ ਮਿੱਠਾ ਪਸੰਦ ਕਰਦੇ ਹੋ ਉਸ ਹਿਸਾਬ ਨਾਲ ਗੁੜ ਲੈ ਲੈਣਾ। ਆਹ ਦੇਖੋ, ਗੁੜ ਆਪਣਾ ਚੰਗੀ ਤਰ੍ਹਾਂ ਪੱਕ ਗਿਆ, ਕਲਰ ਵੀ ਕਾਫੀ ਇਹਦਾ ਡਾਰਕ ਹੋ ਗਿਆ ਪਹਿਲਾਂ ਨਾਲੋਂ। ਤੁਸੀਂ ਚਾਹੇ ਤਾਂ ਉਹਨੂੰ ਪਾਣੀ ਦੇ ਵਿੱਚ ਛੱਡ ਕੇ ਵੀ ਦੇਖ ਸਕਦੇ ਹੋ। ਜੇਕਰ ਇਹ ਬੈਠਣ ਲੱਗ ਜਾਂਦਾ ਹੈ ਤਾਂ ਗੁੜ ਆਪਣਾ ਰੈਡੀ ਹੈ। ਫਿਰ ਇਸ ਟਾਈਮ 'ਤੇ ਆਪਾਂ ਇਹਦੇ ਵਿੱਚ ਮਖਾਣੇ ਪਾਵਾਂਗੇ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਜੋ ਸਾਰੀ ਕੋਟਿੰਗ ਇਹਦੇ ਉੱਪਰ ਚੰਗੀ ਤਰ੍ਹਾਂ ਹੋ ਸਕੇ। ਨਾਲ ਹੀ ਇਹਦੇ ਵਿੱਚ ਆਪਾਂ ਨਾਰੀਅਲ ਦਾ ਬਰਾਦਾ ਜਿਹੜਾ ਉਹ ਵੀ ਪਾ ਦੇਵਾਂਗੇ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ। ਸਾਰੇ ਮਖਾਣਿਆਂ ਦੇ ਉੱਪਰ ਇਹਨਾਂ ਦੀ ਚੰਗੀ ਤਰ੍ਹਾਂ ਕੋਟਿੰਗ ਹੋਣੀ ਚਾਹੀਦੀ ਹੈ ਗੁੜ ਦੀ। ਆਹ ਦੇਖੋ ਜੀ, ਬਹੁਤ ਵਧੀਆ ਆਪਣੇ ਮਖਾਣੇ ਜਿਹੜੇ ਉਹ ਰੈਡੀ ਹੋਏ ਨੇ। ਤੁਸੀਂ ਇੱਕ ਵਾਰ ਇਹਨੂੰ ਜ਼ਰੂਰ ਟਰਾਈ ਕਰਨਾ, ਬਹੁਤ ਆਸਾਨ ਅਤੇ ਸੌਖਾ ਜਿਹਾ ਹੈਗਾ। 20-25 ਮਿੰਟ ਵਿੱਚ ਇਹ ਆਪਣੀ ਰੈਸਪੀ ਜਿਹੜੀ ਉਹ ਤਿਆਰ ਹੋ ਜਾਂਦੀ ਹੈ, ਵੀ ਜ਼ਿਆਦਾ ਟਾਈਮ ਨਹੀਂ ਲੈਂਦੀ ਅਤੇ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੁੰਦਾ ਹੈ।
ਹਾਂਜੀ ਆ ਦੇਖੋ, ਅਤੇ ਆਪਣੇ ਜਿਹੜੇ ਮਖਾਣੇ ਬਿਲਕੁਲ ਰੈਡੀ ਆ। ਹੁਣ ਆਪਾਂ ਇਹਨਾਂ ਨੂੰ ਠੰਡਾ ਹੋਣ ਲਈ ਕਿਸੇ ਅਲੱਗ ਪਲੇਟ ਵਿੱਚ ਅਲੱਗ ਕਰ ਲਵਾਂਗੇ ਅਤੇ ਥੋੜ੍ਹੀ ਦੇਰ ਠੰਡਾ ਹੋਣ ਦੇਵਾਂਗੇ। ਜਦ ਇਹ ਠੰਡੇ ਹੋ ਜਾਏਗਾ ਤਾਂ ਸਾਰੇ ਜਿਹੜੇ ਮਖਾਣੇ ਅਲੱਗ ਅਲੱਗ ਹੋ ਜਾਣਗੇ, ਅਤੇ ਇਹਨਾਂ ਨੂੰ ਤੁਸੀਂ ਕਿਸੇ ਵੀ ਤਰ੍ਹਾਂ ਚਾਹੇ ਤੁਰਦੇ ਫਿਰਦੇ ਇੱਦਾਂ ਹੀ ਦੋ ਚਾਰ ਮਖਾਣੇ ਚੱਕੋ ਅਤੇ ਖਾ ਲਓ, ਅਤੇ ਸਿਹਤ ਲਈ ਕਾਫੀ ਫਾਇਦਾ ਕਰਦੇ ਹਨ। ਇੱਕ ਵਾਰੀ ਰੈਸਪੀ ਜ਼ਰੂਰ ਟਰਾਈ ਕਰਨਾ ਅਤੇ ਕਮੈਂਟ ਕਰਕੇ ਸਾਨੂੰ ਦੱਸਣਾ ਕਿ ਤੁਹਾਨੂੰ ਅੱਜ ਦੀ ਰੈਸਪੀ ਕਿੱਦਾਂ ਦੀ ਲੱਗੀ। ਵੀਡੀਓ ਦੇਖਣੀ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।